ਤੁਹਾਡੇ ਸਨਮੁਖ ਪ੍ਰਸਿੱਧ ਕਹਾਣੀਕਾਰ ਸ਼੍ਰੀਮਤੀ ਅਜੀਤ ਕੌਰ ਦੀ ਲਿਖੀ ਹੋਈ ਕਹਾਣੀ ਹੈ ਇੰਤਜ਼ਾਰ। ਤਾਰ ਕੋਲ ਦੀ ਸੁਰਮਈ ਸੜਕ 'ਤੇ ਕਾਰ ਦੇ ਪਹੀਏ ਜ਼ਖਮੀ ਰਗੜ ਵਿੱਚ ਕਰਾਉਂਦੇ ਹੋਏ ਯਕਦਮ ਆਇਸਤਾ ਹੋ ਗਏ। ਹੌਲੀ ਹੁੰਦਿਆਂ ਹੁੰਦਿਆਂ ਵੀ ਮੋਟਰ ਦੇ ਮੂੰਹ ਦੇ ਖੱਬੇ ਪਾਸੇ ਨਾਲ ਟਕਰਾ ਕੇ ਇੱਕ ਨਿੱਕਾ ਜਿਹਾ ਮੁੰਡਾ ਧੜੰਮ ਕਰਦਾ ਸੜਕ 'ਤੇ ਜਾ ਡਿੱਗਾ। ਸੱਜੇ ਹੱਥ ਵਾਲਾ ਪਹੀਆ ਉਹਦੀ ਗਿੱਚੀ ਨਾਲ ਧੱਕਾ ਖਾ ਕੇ ਪਿਛਲੇ ਪਾਸੇ ਵੱਲ ਤੇਜ਼ ਹੁਚਕਾ ਖਾਂਦਾ ਹੋਇਆ ਰੁਕ ਗਿਆ। ਉਹ ਇੱਕ ਵੀਰਾਨ ਜਿਹੀ ਸੜਕ ਸੀ, ਉਹ ਵਕਤ ਜਦੋਂ ਸ਼ਹਿਰ ਦੀਆਂ ਸੱਪਣੀਆਂ ਵਰਗੀਆਂ ਸੜਕਾਂ ਕੋਸੀ ਧੁੱਪ ਵਿੱਚ ਲੇਟੀਆਂ ਸੁਸਤਾ ਰਹੀਆਂ ਹੁੰਦੀਆਂ ਨੇ। ਆਵਾਜਾਈ ਦੀ ਰਫ਼ਤਾਰ ਰਤਾ ਕੁ ਮੱਧਮ ਹੁੰਦੀ ਏ। ਸ਼ਾਮੀ ਦਫ਼ਤਰਾਂ ਦੇ ਬੰਦ ਹੋਣ ਦੇ ਵਕਤ ਦੀ ਬੌਖਲਾਈ ਹੋਈ ਹੜਬੜਾਹਟ ਤੋਂ ਪਹਿਲਾਂ ਦਾ ਇਹ ਵਕਤ ਤੂਫਾਨ ਦੇ ਆਗਾਜ਼ ਤੋਂ ਪਹਿਲੋਂ ਦੀ ਦੁਬਕੀ ਹੋਈ ਖਾਮੋਸ਼ੀ ਵਿੱਚ ਵਲੇਟਿਆ ਇਹ ਵਕਤ, ਜਿਸ ਵਿੱਚ ਖਾਮੋਸ਼ੀ ਘੱਟ ਅਤੇ ਸ਼ੋਰ ਦੇ ਆਤੰਕ ਦੀ ਸਹਿਮੀ ਹੋਈ ਉਡੀਕ ਜ਼ਿਆਦਾ ਹੁੰਦੀ ਏ। ਉਸ ਸੜਕ 'ਤੇ ਦੋਹੀ ਪਾਸੇ ਬੜੇ ਚਿਰ ਤੋਂ ਚਾਰ ਪੰਜ ਉੱਚੀਆਂ ਉੱਚੀਆਂ ਇਮਾਰਤਾਂ ਤਾਮੀਰ ਹੋ ਰਹੀਆਂ ਸਨ। ਉਹਨਾਂ ਤਾਮੀਰ ਹੋ ਰਹੀਆਂ ਇਮਾਰਤਾਂ ਦੇ ਆਸ ਪਾਸ ਕੂੜ ਕਬਾੜੇ ਅਤੇ ਕਚਰੇ ਦੇ ਢੇਰਾਂ ਵਾਂਗੂ ਚੀਥੜਿਆਂ ਦੇ ਅਤੇ ਟੁੱਟੀਆਂ ਹੋਈਆਂ ਖਪਰੈਲਾਂ ਦੇ ਉਦੜ ਗੁਦੜੇ ਅੰਬਾਰ ਪਏ ਸਨ। ਜੇ ਮੈਂ ਵੀ ਮੁਲਕ ਦੀ ਕੋਈ ਮੰਤਰੀ ਵੰਤਰੀ ਹੁੰਦੀ ਅਤੇ ਹਵਾਈ ਜਹਾਜ਼ 'ਚੋਂ ਮੁਲਕ ਦੀ ਹਾਲਤ ਦਾ ਨਿਰੀਖਣ ਕਰਨ ਨਿਕਲਦੀ ਤਾਂ ਉੱਤੋਂ ਹਵਾ ਵਿੱਚੋਂ ਮੈਨੂੰ ਉਹ ਕੂੜੇ ਕਚਰੇ ਦੇ ਢੇਰ ਹੀ ਜਾਪਦੇ, ਜਿਨ੍ਹਾਂ 'ਚੋਂ ਕੁਝ ਕੀੜੇ ਮਕੌੜੇ ਜਿਹੇ ਕੁਰਬਲ ਕੁਰਬਲ ਕਰਦੇ ਬਾਹਰ ਨਿਕਲਦੇ ਅਤੇ ਫੇਰ ਮੁੜ ਕੇ ਉਹਨਾਂ ਵਿੱਚ ਸਮਾਉਂਦੇ ਨਜ਼ਰ ਆਉਂਦੇ। ਪਰ ਮੈਂ ਤਾਂ ਸ਼ਹਿਰ ਦੀਆਂ ਤਲਖੀਆਂ ਤੁਰਸ਼ੀਆਂ ਦਾ ਹਵਾਈ ਜਹਾਜ਼ ਦੀ ਉਚਾਈ ਤੋਂ ਮੁਆਇਨਾ ਕਰਨ ਨਹੀਂ ਨਿਕਲੀ ਸੀ। ਮੈਂ ਤਾਂ ਉਸ ਸਲੇਟੀ ਸੜਕ 'ਤੇ ਤੁਰਨ ਵਾਲੀ ਇੱਕ ਅਦਨਾ ਜਿਹੀ ਬਾਸ਼ਿੰਦਾ ਹਾਂ ਅਤੇ ਹੈਰਾਨ ਹੁੰਦੀ ਹਾਂ ਕਿ ਮੋਟਰ ਨਾਲ ਟਕਰਾ ਕੇ ਡਿੱਗਣ ਵਾਲੇ ਮੁੰਡੇ ਦੇ ਮੂੰਹੋਂ ਇੱਕ ਚੀਖ ਵੀ ਨਹੀਂ ਨਿਕਲੀ। ਝੁੱਗੀਆਂ ਵੱਲੋਂ ਕੁਝ ਲੋਕ ਬੇਤਹਾਸ਼ਾ ਭੱਜਦੇ ਹੋਏ ਸੜਕ ਵੱਲ ਆਏ, ਝੁੱਕ ਕੇ ਉਹਨਾਂ ਬੇਹੋਸ਼ ਪਏ ਮੁੰਡੇ ਨੂੰ ਵੇਖਿਆ ਅਤੇ ਬੇਤਹਾਸ਼ਾ ਚੀਕਣ ਲੱਗ ਪਏ। ਕੋਈ ਦੌੜਦਾ ਹੋਇਆ ਗਿਆ ਅਤੇ ਮੁੰਡੇ ਦੇ ਮਾਂ ਪਿਓ ਨੂੰ ਸੱਦ ਲਿਆਇਆ। ਮਾਂ ਨੇ ਉੱਥੇ ਸੜਕ 'ਤੇ ਬਹਿ ਕੇ ਮੁੰਡੇ ਦਾ ਸਿਰ ਆਪਣੀ ਝੋਲੀ ਵਿੱਚ ਰੱਖ ਲਿਆ ਅਤੇ ਚਾਂਗਰਾਂ ਮਾਰ ਮਾਰ ਰੋਣ ਲੱਗੀ। ਕੁਝ ਲੋਕ ਮੋਟਰ ਦੀਆਂ ਬਾਰੀਆਂ ਵਿੱਚੋਂ ਅੰਦਰ ਵੱਲ ਝਾਕਣ ਲੱਗੇ ਅਤੇ ਮੋਟਰ ਵਿੱਚ ਲੱਗੀਆਂ ਕੂਲੀਆਂ ਗੁਦਗੁਦੀਆਂ ਗੱਦੀਆਂ ਨੂੰ ਅਤੇ ਸਟੀਰੀਓ ਕੈਸੈਟ ਨੂੰ ਘੂਰਨ ਲੱਗੇ। ਮੋਟਰ ਦਾ ਮਾਲਕ ਪਸੀਨਿਓ ਪਸੀਨਾ ਹੋਇਆ ਮੋਟਰ ਦੇ ਬਾਹਰ ਖੜ੍ਹਾ ਸੀ ਅਤੇ ਨੇੜੇ ਹੋ ਕੇ ਕੰਬਦੇ ਹੱਥਾਂ ਨਾਲ ਮੁੰਡੇ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹਨੂੰ ਮੋਟਰ ਵਿੱਚ ਲਟਾ ਦਿਓ, ਹਸਪਤਾਲ ਲੈ ਚੱਲਣਾ ਮੈਂ, ਕੋਈ ਗੱਲ ਨਹੀਂ ਬਚ ਜਾਵੇਗਾ। ਕੋਈ ਗੱਲ ਨਹੀਂ, ਹੈ ਮਾਰ ਛੱਡਿਆ ਮੁੰਡਾ ਤੂੰ ਅਤੇ ਕਹਿੰਦਾ ਏ ਗੱਲ ਹੀ ਕੋਈ ਨਹੀਂ। ਪਾਨ ਦੀ ਪੀਕ ਨੂੰ ਪਰਾਂ ਥੁੱਕਦਾ ਹੋਇਆ ਕੋਈ ਬੋਲਿਆ, ਹਰਾਮ ਦੀ ਰੋਟੀ ਖਾ ਖਾ ਚਰਬੀ ਚੜ੍ਹ ਗਈ ਅੱਖਾਂ 'ਤੇ, ਕਾਰ ਵਿੱਚ ਬਹਿ ਕੇ ਨਜ਼ਰ ਹੀ ਨਹੀਂ ਆਉਂਦਾ ਕਿ ਸੜਕ 'ਤੇ ਬੰਦੇ ਵੀ ਤੁਰਦੇ ਨੇ, ਕੋਈ ਹੋਰ ਬੋਲਿਆ। ਮੁੰਡੇ ਦੀ ਮਾਂ ਹਿੱਲ ਹਿੱਲ ਕੇ ਰੋਈ ਜਾ ਰਹੀ ਸੀ ਅਤੇ ਮੁੰਡੇ ਦਾ ਸਿਰ ਪੜੋਸੀ ਜਾ ਰਹੀ ਸੀ। ਭੀੜ ਜਿਵੇਂ ਸਾਰੀ ਹੀ ਬੋਲ ਰਹੀ ਸੀ ਉੱਚੀ ਉੱਚੀ ਗੁੱਸੇ ਅਤੇ ਨਫ਼ਰਤ ਨਾਲ ਭਰੀਆਂ ਆਵਾਜ਼ਾਂ। ਕਿਸੇ ਨੂੰ ਕਿਸੇ ਗੱਲ ਦੀ ਸਮਝ ਨਹੀਂ ਸੀ ਆ ਰਹੀ। ਮਰ ਜਾਏਗਾ ਛੋਰਾ, ਇੱਥੇ ਇਸ ਤਰ੍ਹਾਂ ਪਿਆ ਪਿਆ, ਇਹਨੂੰ ਹਸਪਤਾਲ ਤਾਂ ਲੈ ਚੱਲੋ, ਵਿੱਚੋਂ ਕੋਈ ਕੋਈ ਆਵਾਜ਼ ਆ ਰਹੀ ਸੀ। ਫੇਰ ਦੋ ਚਾਰ ਮੁੰਡੇ ਅਗਾਂਹ ਹੋਏ ਅਤੇ ਮੋਟਰ ਵਾਲੇ ਨੂੰ ਹੁਚਕਾ ਮਾਰ ਕੇ ਕਹਿਣ ਲੱਗੇ, ਮਾਰੋ ਸਾਲੇ ਨੂੰ। ਇਹ ਉਹੋ ਜਿਹੇ ਮੁੰਡੇ ਸਨ ਜਿਹੋ ਜਿਹੇ ਹਰ ਸ਼ਹਿਰ ਦੇ ਹਰ ਪਰਵਾੜੀ ਦੀ ਦੁਕਾਨ ਦੇ ਲਾਗੇ ਮਟਰ ਗਸ਼ਤੀ ਕਰਦੇ ਹੋਏ ਨਜ਼ਰ ਆਉਂਦੇ ਨੇ। ਹਰ ਸਿਨੇਮਾ ਹਾਲ ਦੇ ਬਾਹਰ ਪੋਸਟਰਾਂ ਨੂੰ ਘੂਰਦੇ ਹੋਏ ਮਿਲਦੇ ਨੇ। ਇਹਨਾਂ ਦੇ ਮਾਂ ਪਿਓ ਜਿਹੜਾ ਕੰਮ ਕਰਦੇ ਨੇ ਉਹ ਇਹਨਾਂ ਨੂੰ ਪਸੰਦ ਨਹੀਂ ਹੁੰਦਾ ਅਤੇ ਜਿਹੋ ਜਿਹੇ ਕੰਮ ਦਾ ਸੁਪਨਾ ਉਹਨਾਂ ਕਦੇ ਲਿਆ ਹੁੰਦਾ ਏ ਉਹ ਮਿਲਦਾ ਨਹੀਂ। ਇੱਕ ਨੇ ਹੁਚਕਾ ਮਾਰਿਆ ਤਾਂ ਦੂਜੇ ਨੂੰ ਲੱਗਾ ਉਹਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ ਸੀ, ਅਤੇ ਫੇਰ ਤੀਜਾ, ਚੌਥਾ, ਅੱਠਵਾਂ, ਦਸਵਾਂ, ਅਤੇ ਪਲਾਂ ਵਿੱਚ ਹੀ ਇੱਕ ਭੀੜ ਦੀ ਭੀੜ ਮੋਟਰ ਵਾਲੇ ਨੂੰ ਹੁਜਕੇ ਅਤੇ ਹੂਰੇ ਮਾਰਦੀ ਹੋਈ ਮੋਟਰ ਤੋਂ ਦੂਰ ਠੇਲ ਰਹੀ ਸੀ ਸੜਕ ਤੋਂ। ਜ਼ਾਹਿਰ ਹੈ ਕਿ ਹੋਰ ਵੀ ਮੋਟਰਾਂ
ਬੱਸਾਂ, ਸਕੂਟਰ, ਮੋਟਰਸਾਈਕਲ ਗੁਜ਼ਰ ਰਹੇ ਸਨ। ਸਿਰਫ ਕੋਈ ਕੋਈ ਸਾਈਕਲ ਵਾਲਾ ਉੱਤਰ ਕੇ ਖਲੋ ਜਾਂਦਾ ਅਤੇ ਕਦੇ ਮਾਰ ਖਾਂਦੇ ਹੋਏ ਮੋਟਰ ਵਾਲੇ ਦਾ ਤਮਾਸ਼ਾ ਤੱਕਣ ਲੱਗਦਾ। ਕਦੇ ਬੇਸੁਰਤ ਪਏ ਬੱਚੇ ਦੀ ਮਾਂ ਦਾ ਹਿੱਲ ਹਿੱਲ ਕੇ ਰੋਣਾ ਸੁਣਨ ਲੱਗਦਾ। ਆਖਰ ਮੋਟਰ ਵਾਲੇ ਨੇ ਆਪਣਾ ਪਰਸ, ਘੜੀ, ਮੁੰਦਰੀ ਸਭ ਲਾਹ ਕੇ ਉਹਨਾਂ ਘਸੁੰਨ ਮਾਰਦੇ ਮੁੰਡਿਆਂ ਨੂੰ ਦੇ ਦਿੱਤੀ ਅਤੇ ਆਪ ਉਨੱਠ ਉੱਠਿਆ। ਮੋਟਰ ਵਿੱਚੋਂ ਉਹਨਾਂ ਨੇ ਰੇਡੀਓ, ਕੈਸਟ, ਐਸਟਰੇ ਅਤੇ ਹੋਰ ਨਿਕਸੁੱਕ ਬਲੂੰਦਰ ਕੇ ਕੱਢ ਲਿਆ। ਕੋਈ ਜਾ ਕੇ ਕਿਸੇ ਡਾਕਟਰ ਨੂੰ ਸੱਦ ਲਿਆਇਆ। ਡਾਕਟਰ ਨੇ ਨਬਜ਼ ਵੇਖੀ, ਛਾਤੀ 'ਤੇ ਕੰਨ ਧਰ ਕੇ ਸੁਣਿਆ, ਸਟੈਥੋਸਕੋਪ ਲਗਾ ਕੇ ਵੇਖਿਆ ਅਤੇ ਕਿਹਾ, ਮਰ ਗਿਆ ਇਹ ਤਾਂ। ਉਂਝ ਮੋਹਰੇ ਲੱਲਾ ਰੇ ਕਹਿ ਕਹਿ ਕੇ ਵੈਣ ਕਰਦੀ ਮਾਂ ਇਸੇ ਲੱਲਾ ਦੇ ਹੱਥੋਂ ਸਾਰੀ ਉਮਰ ਪਰੇਸ਼ਾਨ ਰਹੀ ਸੀ। ਜਦੋਂ ਦਾ ਜੰਮਿਆ ਨਾ ਉਹ ਬੋਲਦਾ ਸੀ ਨਾ ਸੁਣਦਾ ਸੀ। ਨਿੱਕੇ ਹੁੰਦੇ ਦਾ ਸਿਰ ਹਰ ਵੇਲੇ ਹਿੱਲਿਆ ਕਰਦਾ ਸੀ ਅਤੇ ਮੂੰਹ 'ਚੋਂ ਅੱਠੇ ਪੈਰ ਰਾਲ ਚੁੰਦੀ ਰਹਿੰਦੀ ਸੀ। ਕੁਝ ਮੂੰਹ ਵਿੱਚ ਪਾ ਦਿਓ ਤਾਂ ਖਾ ਲੈਂਦਾ ਸੀ, ਨਾ ਦਿਓ ਤਾਂ ਬਸ ਰੀਰੀ ਕਰਦਾ ਰਹਿੰਦਾ ਸੀ। ਤੁਰਨਾ ਸ਼ੁਰੂ ਕੀਤਾ ਤਾਂ ਇੱਕ ਪੈਰ ਉਹਦਾ ਕਿਧਰੇ ਪੈਂਦਾ ਸੀ, ਦੂਜਾ ਕਿਧਰੇ। ਹੁਣ ਤਾਂ 8-9 ਸਾਲਾਂ ਦਾ ਸੀ ਉਹ, ਪਰ ਹੁਣ ਤੱਕ ਡੌਰ ਪੌਰ ਜਿਹਾ ਤੁਰਿਆ ਫਿਰਦਾ ਸੀ, ਉਸੇ ਤਰ੍ਹਾਂ ਵਿੰਗਾ ਟੇਢਾ, ਨਾ ਖਾਣ ਦੀ ਹੋਸ਼ ਨਾ ਗੰਦਗੀ ਦੀ। ਅੱਠੇ ਪੈਰ ਉਸਦੀ ਮਾਂ ਉਹਨੂੰ ਕੋਸਦੀ ਰਹਿੰਦੀ, ਉਹਦੇ ਮਰਨ ਦੀਆਂ ਦੁਆਵਾਂ ਮੰਗਦੀ ਰਹਿੰਦੀ। ਪਿਛਲੇ ਕਿਸੇ ਜਨਮ ਦਾ ਪਾਪ ਸੀ ਇਹ ਜਿਹੜਾ ਉਹਨੂੰ ਆਣ ਚੰਬੜਿਆ ਸੀ। ਉਹ ਰੋ ਰੋ ਸਭ ਨੂੰ ਕਹਿੰਦੀ, ਜਿਸ ਦਿਨ ਮਰੇਗਾ ਮੇਰਾ ਜੰਜਾਲ ਛੁੱਟੇਗਾ, ਉਹ ਕਿਹਾ ਕਰਦੀ। ਉਂਝ ਤਾਂ ਉਸ ਬਸਤੀ ਦੇ ਸਾਰੇ ਲੋਕ ਮੋਟਰ ਵਾਲੇ ਨੂੰ ਦੋਸ਼ੀ ਠਹਿਰਾ ਰਹੇ ਸਨ, ਪਰ ਵਿੱਚੋਂ ਸਭ ਨੂੰ ਪਤਾ ਸੀ ਕਿ ਮੋਟਰ ਵਾਲੇ ਨੇ ਹੌਰਨ ਤਾਂ ਜ਼ਰੂਰ ਦਿੱਤਾ ਹੋਵੇਗਾ ਅਤੇ ਲੱਲਾ ਨੇ ਸੁਣਿਆ ਨਹੀਂ ਹੋਵੇਗਾ। ਪਰ ਜਦ ਉਹ ਮਾਰੀ ਗਿਆ ਤਾਂ ਕੌਣ ਉਹਦੇ ਕੰਨਾਂ ਨੂੰ ਪਰਖਣ ਚੱਲਿਆ ਸੀ? ਚੰਗਾ ਏ ਮੁਰੰਮਤ ਕੀਤੀ ਸਾਲੇ ਦੀ, ਯਾਦ ਰੱਖੇਗਾ। ਇਹ ਮੋਟਰਾਂ ਵਾਲੇ ਵੀ ਆਪਣੇ ਆਪ ਨੂੰ ਤੀਸ ਮਾਰ ਖਾਨ ਸਮਝਦੇ ਨੇ, ਹੈ ਕਿ ਨਹੀਂ? ਅਖੀਰ ਲੋਕਾਂ ਨੇ ਸਲਾਹ ਦਿੱਤੀ ਕਿ ਐਕਸੀਡੈਂਟ ਦੀ ਰਿਪੋਰਟ ਪੁਲਿਸ ਨੂੰ ਕਰ ਦਿੱਤੀ ਜਾਵੇ ਅਤੇ ਪੁਲਿਸ ਦੀ ਤਫਤੀਸ਼ ਤੋਂ ਮਗਰੋਂ ਲਾਸ਼ ਨੂੰ ਝੁੱਗੀ ਵਿੱਚ ਲੈ ਜਾਇਆ ਜਾਵੇ। ਪੁਲਿਸ ਆ ਗਈ, ਮੋਟਰ ਦਾ ਨੰਬਰ ਨੋਟ ਕਰਕੇ ਉਹਨਾਂ ਰਿਪੋਰਟ ਲਿਖ ਲਈ। ਮੌਕਾ ਏ ਵਾਰਦਾਤ ਅਤੇ ਚਸ਼ਮਦੀਦ ਗਵਾਹਾਂ ਦੀਆਂ ਗਵਾਹੀਆਂ ਪਵਾ ਲਈਆਂ ਗਈਆਂ ਅਤੇ ਫਿਰ ਕਿਹਾ ਕਿ ਲਾਸ਼ ਤਾਂ ਉਹ ਆਪਣੇ ਕਬਜ਼ੇ ਵਿੱਚ ਲੈਣਗੇ, ਪੋਸਟਮਾਰਟਮ ਹੋਵੇਗਾ ਲਾਸ਼ ਦਾ। ਅਗਲੇ ਦਿਨ ਪੁਲਿਸ ਹਸਪਤਾਲੋਂ ਲਾਸ਼ ਮਿਲੀ। ਮਾਂ ਪਿਓ ਅਤੇ ਬਸਤੀ ਦੇ ਲੋਕ ਲਾਸ਼ ਨੂੰ ਲੈ ਕੇ ਬਸਤੀ ਵੱਲ ਤੁਰੇ। ਰਾਹ ਵਿੱਚ ਬਸਤੀ ਦੇ ਮੁੰਡਿਆਂ ਨੇ ਤਮਾਮ ਮੋਟਰ ਵਾਲਿਆਂ ਦੇ ਖਿਲਾਫ਼ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਫਿਰ ਪਤਾ ਨਹੀਂ ਕਿਸ ਤਰ੍ਹਾਂ ਹੋਇਆ ਕਿ ਸੜਕ 'ਤੇ ਜਾਂਦੀ ਹਰ ਮੋਟਰ ਨੂੰ ਰੋਕ ਕੇ ਉਹ ਲਾਸ਼ ਲਈ ਚੰਦਾ ਮੰਗਣ ਲੱਗੇ। ਮੰਗਣ ਵਾਂਗੂ ਨਹੀਂ, ਬਕਾਇਦਾ ਡਾਕਾ ਜਨੀ ਵਾਂਗੂ ਹਰ ਮੋਟਰ ਨੂੰ ਰੋਕਦੇ, ਮੋਟਰਾਂ ਦੀਆਂ ਚੌਂ ਬਾਰੀਆਂ ਵਿੱਚੋਂ ਆਪਣੀਆਂ ਮੁੰਡੀਆਂ ਅੰਦਰ ਵਾੜਦੇ ਅਤੇ ਫਿਰ ਧਮਕੀ ਭਰੀ ਆਵਾਜ਼ ਵਿੱਚ ਕਹਿੰਦੇ, ਤੁਹਾਡੇ ਇੱਕ ਭਰਾ ਨੇ ਕਿਸੇ ਹਰਾਮੀ ਮੋਟਰ ਵਾਲੇ ਨੇ ਮਾਰ ਸੁੱਟਿਆ ਸਾਡੇ ਮੁੰਡੇ ਨੂੰ, ਹੁਣ ਇਹਦਾ ਦਾਹ ਸੰਸਕਾਰ ਕਰਨਾ ਏ, ਪੈਸੇ ਦਿਓ। ਜਿਹੜਾ ਵੀ ਕੋਈ ਅੱਗੋਂ ਸਵਾਲ ਜਵਾਬ ਕਰਨ ਲੱਗਦਾ ਉਹਦੇ ਕੋਟ ਦੇ ਕਾਲਰ ਨੂੰ ਗਿੱਧਾਂ ਦੀਆਂ ਚੁੰਝਾਂ ਵਾਂਗ ਪੰਜਿਆਂ ਨਾਲ ਫੜਦੇ ਅਤੇ ਜੇਬਾਂ ਟਟੋਲਣ ਲੱਗਦੇ। ਮਰਨ ਵਾਲੇ ਮੁੰਡੇ ਦੇ ਪਿਓ ਨੇ ਵੇਖਿਆ ਤਾਂ ਉਹਨੂੰ ਖਿਆਲ ਆਇਆ ਕਿ ਮੁੰਡਾ ਤਾਂ ਮੇਰਾ ਮੋਇਆ ਏ ਅਤੇ ਮਾਲ ਸਾਰਾ ਇਸ ਵਾਲੇ ਹੜੱਪ ਕਰ ਜਾਣਗੇ। ਸੋ ਉਹਨੇ ਮੁੰਡੇ ਦੀ ਲਾਸ਼ ਨੂੰ ਸੜਕ 'ਤੇ ਇੱਕ ਪਾਸੇ ਲਟਾ ਦਿੱਤਾ ਅਤੇ ਆਪ ਵੀ ਜਾ ਕੇ ਮੁੰਡਿਆਂ ਦੇ ਗਰੋਹ ਵਿੱਚ ਸ਼ਾਮਲ ਹੋ ਗਿਆ। ਮਰਨ ਵਾਲੇ ਮੁੰਡੇ ਦੀ ਮਾਂ ਉਹਦੇ ਕੋਲ ਬੈਠੀ ਦਹਾੜਾ ਮਾਰ ਮਾਰ ਰੋਂਦੀ ਰਹੀ, ਕਿਉਂਕਿ ਕੁਝ ਚਿਰ ਮਗਰੋਂ ਉਹਨੂੰ ਵੀ ਸਮਝ ਆ ਗਈ, ਮਰਨ ਵਾਲਾ ਤਾਂ ਮਰ ਗਿਆ ਪਰ ਹੁਣ ਉਹ ਜਿੰਨਾ ਉੱਚੀ ਰੋ ਸਕੇਗੀ ਓਨੇ ਹੀ ਬਹੁਤੇ ਪੈਸੇ ਮਿਲਣ ਦੀ ਉਮੀਦ ਏ। ਸ਼ਾਮ ਹੋ ਗਈ, ਰਾਤ ਪੈ ਗਈ। ਕਿਸੇ ਨੇ ਪੁਲਿਸ ਨੂੰ ਖਬਰ ਕਰ ਦਿੱਤੀ। ਦੋ ਸਿਪਾਹੀ ਮਟਰ ਗਸ਼ਤੀ ਕਰਦੇ ਹੋਏ ਆਏ ਅਤੇ ਆ ਕੇ ਮੁੰਡਿਆਂ ਦੇ ਉਸ ਗਰੋਹ ਨੂੰ ਅੱਖਾਂ ਵਿਖਾਉਣ ਲੱਗੇ, ਜਿਸ ਵਿੱਚ ਮਰਨ ਵਾਲੇ ਲੱਲਾ ਦਾ ਪਿਓ ਵੀ ਸ਼ਾਮਲ ਸੀ। ਇੱਕ ਮੁੰਡਾ ਉਹਨਾਂ ਨੂੰ ਪਰਾਂ ਲੈ ਗਿਆ ਅਤੇ ਸਮਝਾ ਦਿੱਤਾ ਕਿ ਤੁਸੀਂ ਵਿੱਚ ਕਾਹਨੂੰ ਟੰਗ ਉਡਾਉਂਦੇ ਹੋ, ਮਰ ਗਿਆ ਹੈ ਸਾਡਾ ਮੁੰਡਾ, ਗਰੀਬ ਮਜ਼ਦੂਰ ਹਾਂ ਅਸੀਂ, ਦਾਹ ਸੰਸਕਾਰ ਵੀ ਕਰਨਾ ਹੈ, ਬਾਕੀ ਫਿਕਰ ਨਾ ਕਰੋ, ਸਗੋਂ ਸਾਡੀ ਮਦਦ ਕਰੋ, ਤੁਹਾਡਾ ਵੀ ਬਰਾਬਰ ਦਾ ਹਿੱਸਾ ਕੱਢਿਆ ਜਾਵੇਗਾ।
ਦੋਵੇਂ ਸਿਪਾਹੀ ਮਟਰ ਗਸ਼ਤੀ ਕਰਦੇ ਹੋਏ ਸੜਕ ਦੇ ਮੋੜ ਤੱਕ ਚਲੇ ਗਏ ਅਤੇ ਇਸ ਗੱਲ ਦਾ ਧਿਆਨ ਰੱਖਣ ਲੱਗੇ ਕਿ ਕੋਈ ਹੋਰ ਪੁਲਿਸ ਵਾਲਾ ਉੱਧਰ ਨਾ ਆ ਨਿਕਲੇ, ਨਹੀਂ ਤਾਂ ਹਿੱਸਾ ਹੋਰ ਪਤਲਾ ਪੈ ਜਾਵੇਗਾ। ਰਾਤ ਹੋ ਗਈ, ਲਾਸ਼ ਦੇ ਕੋਲ ਹੀ ਸਾਰੇ ਦਿਨ ਦੀ ਕਮਾਈ ਦੀ ਗਿਣਤੀ ਹੋਈ ਅਤੇ ਵੰਡੀਆਂ ਪਈਆਂ। ਇੱਕ ਹਿੱਸਾ ਮੁੰਡੇ ਦੀ ਮਾਂ ਦਾ ਵੀ ਕੱਢਿਆ ਗਿਆ। ਮੁੰਡੇ ਦੇ ਪਿਓ ਨੇ ਕਿਹਾ, ਪਰ ਮੈਂ ਤਾਂ ਬਾਪ ਹਾਂ ਮੁੰਡੇ ਦਾ, ਮੇਰਾ ਹਿੱਸਾ ਜ਼ਿਆਦਾ ਹੋਣਾ ਚਾਹੀਦਾ ਹੈ। ਚੱਲ ਕੱਲ੍ਹ ਜ਼ਿਆਦਾ ਲੈ ਲਵੀਂ, ਤੇਰੇ ਦੋ ਹਿੱਸੇ ਕੱਢ ਦਿਆਂਗੇ। ਲਾਲ ਟੀ ਸ਼ਰਟ ਵਾਲੇ ਇੱਕ ਮੁੰਡੇ ਨੇ ਆਪਣੇ ਵਾਲਾਂ ਵਿੱਚ ਕੰਘੀ ਘੁਮਾਉਂਦਿਆਂ ਹੋਇਆਂ ਕਿਹਾ, ਕੱਲ੍ਹ ਕੀ ਹਰਜ ਹੈ, ਇੱਕ ਦਿਨ ਠਹਿਰ ਕੇ ਸੀ ਦਾਹ ਸੰਸਕਾਰ। ਸੋ ਫੈਸਲਾ ਹੋਇਆ ਕਿ ਲਾਸ਼ ਨੂੰ ਰਾਤੀਂ ਝੁੱਗੀ ਵਿੱਚ ਲੈ ਜਾਇਆ ਜਾਵੇ ਅਤੇ ਸਵੇਰੇ ਫੇਰ ਵਾਪਸ ਫੁੱਟਪਾਥ 'ਤੇ ਲਿਆ ਕੇ ਲਟਾ ਦਿੱਤਾ ਜਾਵੇ। ਅਗਲੇ ਦਿਨ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ। ਮੋਟਰਾਂ ਵਾਲਿਆਂ ਤੋਂ ਇਲਾਵਾ ਹਰ ਸਕੂਟਰ ਵਾਲੇ ਨੂੰ, ਮੋਟਰਸਾਈਕਲ ਵਾਲੇ ਨੂੰ ਵੀ ਰੋਕ ਕੇ ਪੈਸੇ ਮੰਗੇ ਜਾਣ ਲੱਗੇ ਅਤੇ ਪੈਦਲ ਤੁਰਨ ਵਾਲਿਆਂ ਕੋਲੋਂ ਮਿਹਨਤ ਤਰਲੇ ਨਾਲ ਦਾਹ ਸੰਸਕਾਰ ਲਈ ਦਾਨ ਮੰਗਿਆ ਜਾਣ ਲੱਗਾ। ਮੁੰਡੇ ਦੀ ਮਾਂ ਬਕਾਇਦਾ ਵਿਲਕ ਵਿਲਕ ਕੇ ਰੋ ਰਹੀ ਸੀ, ਉਹਦੇ ਗਲੇ ਦੀਆਂ ਨਸਾਂ ਦੁੱਖ ਰਹੀਆਂ ਸਨ ਅਤੇ ਆਵਾਜ਼ ਪਰੜਾ ਗਈ ਸੀ, ਪਰ ਉਹ ਲਗਾਤਾਰ ਰੋਈ ਜਾ ਰਹੀ ਸੀ। ਪਰ ਇਹ ਵੱਖਰੀ ਗੱਲ ਹੈ ਕਿ ਰੋਣ ਵਿੱਚ ਸਿਰਫ ਹੁਣ ਉਹਦੀ ਆਵਾਜ਼ ਹੀ ਬਚੀ ਸੀ, ਅੱਥਰੂ ਨਹੀਂ ਸਨ ਬਚੇ। ਰਾਹ ਤੁਰਨ ਵਾਲੇ ਲੋਕ ਲਾਸ਼ ਕੋਲ ਪਲਕ ਰੁਕਦੇ ਅਤੇ ਫਿਰ ਘਬਰਾ ਕੇ ਬੋਝੇ ਟਟੋਲਣ ਲੱਗਦੇ। ਨਿੱਕਾ ਨਿੱਕਾ ਭੰਨਕੜ ਅਤੇ ਇੱਕ ਇੱਕ ਦੋ ਦੋ ਰੁਪਏ ਦੇ ਨੋਟਾਂ ਦਾ ਲਾਸ਼ ਕੋਲ ਜਦੋਂ ਨਿੱਕਾ ਜਿਹਾ ਢੇਰ ਇਕੱਠਾ ਹੋ ਜਾਂਦਾ ਤਾਂ ਲੱਲਾ ਦੀ ਮਾਂ ਉਹਨੂੰ ਹੂੰਝ ਕੇ ਇਕੱਠਾ ਕਰਦੀ ਅਤੇ ਪੱਲੇ ਬੰਨ ਲੈਂਦੀ, ਫਿਰ ਰੋਣ ਲੱਗਦੀ। ਖਬਰ ਫੈਲਦੀ ਫੈਲਦੀ ਜਦੋਂ ਬਾਕੀ ਲਾਗੇ ਚਾਗੇ ਦੀਆਂ ਬਸਤੀਆਂ ਵਿੱਚ ਫੈਲੀ ਤਾਂ ਉਹਨਾਂ ਬਸਤੀਆਂ ਦੀਆਂ ਪਨਵਾੜੀਆਂ ਦੀਆਂ ਦੁਕਾਨਾਂ ਦੇ ਨੇੜੇ ਤੇੜੇ ਮੰਡਰਾਉਣ ਵਾਲੇ ਅਵਾਰਾ ਮੁੰਡਿਆਂ ਨੇ ਸੋਚਿਆ ਕਿ ਜਦੋਂ ਲੱਲਾ ਦੀ ਬਸਤੀ ਦੇ ਉਹਨਾਂ ਦੇ ਸਾਥੀ ਇਸ ਤਰ੍ਹਾਂ ਹੱਥ ਰੰਗ ਰਹੇ ਸਨ ਤਾਂ ਉਹ ਕਿਉਂ ਪਿੱਛੇ ਰਹਿਣ। ਇਸ ਤਰ੍ਹਾਂ ਦੀ ਕਮਾਈ ਦੇ ਮੌਕੇ ਕਿਹੜਾ ਰੋਜ਼ ਰੋਜ਼ ਪਏ ਆਉਂਦੇ ਨੇ, ਵਰਨਾ ਤਾਂ ਸਾਰਾ ਸਾਲ ਹੀ ਬੇਕਾਰ ਦੀ ਭਟਕਣ, ਘਰ ਵਿੱਚ ਗਾਲਾਂ, ਤੌਲ ਧੱਪਾ। ਅਤੇ ਕਦੇ ਕਦੇ ਕੋਈ ਸਿਨੇਮਾ ਦੀਆਂ ਟਿਕਟਾਂ ਦੀ ਬਲੈਕ ਵਿੱਚੋਂ ਜਾਂ ਅਫੀਮ ਚਰਸ ਗਾਂਜੇ ਨੂੰ ਇੱਧਰੋਂ ਉੱਧਰ ਕਰਨ ਵਿੱਚੋਂ ਚਾਰ ਪੈਸੇ ਬਣ ਗਏ ਤਾਂ ਬਣ ਗਏ, ਵਰਨਾ ਫਾਕਾ ਮਸਤੀ ਅਤੇ ਚਾਹ ਵਾਲੇ ਦਾ ਅਤੇ ਪਨਵਾੜੀ ਦਾ ਉਧਾਰ। ਅਤੇ ਹੋਇਆ ਇਹ ਕਿ ਦੁਪਹਿਰ ਢਲਦਿਆਂ ਢਲਦਿਆਂ ਆਸ ਪਾਸ ਦੀਆਂ ਸਾਰੀਆਂ ਚੌਂਪੜ ਪੱਟੀ ਦੀਆਂ ਬਸਤੀਆਂ ਦੇ ਸਾਰੇ ਅਵਾਰਾ ਮੁੰਡੇ, ਜੇਬ ਕਤਰੇ, ਚੋਰ ਯਾਰ, ਜੁਆਰੀ ਕਬਾੜੀ ਅਤੇ ਪੁਲਿਸ ਦੀਆਂ ਲਿਸਟਾਂ ਵਿੱਚ ਦਰਜ 10 ਨੰਬਰੀਏ ਸਭ ਦੇ ਸਭ ਆਪਣੀਆਂ ਆਪਣੀਆਂ ਸੜਕਾਂ 'ਤੇ ਮੋਟਰਾਂ ਰੋਕ ਕੇ ਮੋਟਰਾਂ ਵਾਲਿਆਂ ਨੂੰ ਧਮਕਾਉਣ ਲੱਗੇ ਅਤੇ ਪੈਸੇ ਉਗਰਾਉਣ ਲੱਗ ਪਏ। ਹਰ ਬਸਤੀ ਦੇ ਨਾਲ ਲੱਗਦੇ ਹਰ ਥਾਣੇ ਦੇ ਸਿਪਾਹੀ ਪਹਿਲੋਂ ਮੇਲਾ ਵੇਖਣ ਉੱਥੇ ਪਹੁੰਚੇ ਅਤੇ ਫਿਰ ਆਪਣਾ ਹਿੱਸਾ ਪੱਕਾ ਕਰਕੇ ਇਸ ਨਵੀਂ ਕਿਸਮ ਦੀ ਡਾਕਾਜਨੀ ਦੀ ਰਖਵਾਲੀ ਕਰਨ ਲੱਗੇ ਅਤੇ ਪਰਾਂ ਖਲੋ ਕੇ ਸਿਗਰਟਾਂ ਫੂਕਣ ਲੱਗੇ। ਦੁਪਹਿਰ ਢਲਦਿਆਂ ਢਲਦਿਆਂ ਲੱਲਾ ਦੀ ਲਾਸ਼ ਬੋ ਮਾਰਨ ਲੱਗ ਪਈ ਸੀ। ਲੱਲਾ ਦੀ ਮਾਂ ਵੀ ਨੱਕ ਪੂੰਝਣ ਦੇ ਬਹਾਨੇ ਬਹੁਤਾ ਚਿਰ ਆਪਣੀ ਓੜਨੀ ਦੇ ਪੱਲੂ ਨਾਲ ਨੱਕ ਬੰਦ ਕਰੀ ਰੱਖਣ ਲੱਗੀ। ਮੌਕਾ ਪਾ ਕੇ ਉਹਨੇ ਆਪਣੇ ਖਾਵੰਦ ਨੂੰ ਕਿਹਾ ਕਿ ਲਾਸ਼ ਤਾਂ ਬੋ ਮਾਰਨ ਲੱਗੀ ਏ, ਹੁਣ ਰਾਤ ਹੁੰਦਿਆਂ ਹੁੰਦਿਆਂ ਇਹਨੂੰ ਪਾਰ ਲਾ ਦਈਏ। ਲੱਲਾ ਦੇ ਪਿਓ ਨੂੰ ਫਿਕਰ ਲੱਗਾ, ਬੋ ਦਾ ਤਾਂ ਕੁਝ ਕਰਨਾ ਹੀ ਪਏਗਾ, ਹੁਣੇ ਹੀ ਇਸ ਲਾਸ਼ ਨੂੰ ਜਲਾਇਆ ਕਿਸ ਤਰ੍ਹਾਂ ਜਾਏਗਾ। ਇਸ ਲਾਸ਼ ਦੇ ਸਿਰ 'ਤੇ ਤਾਂ ਸ਼ਹਿਰ ਭਰ ਦੇ ਵਿਹਲੇ ਮਸ਼ਟੰਡੇ ਮੁੰਡਿਆਂ ਨੂੰ ਪਹਿਲੀ ਵਾਰੀ ਇੰਨੀ ਕਮਾਈ ਦਾ ਮੌਕਾ ਮਿਲਿਆ ਏ। ਲਾਸ਼ ਨੂੰ ਤੱਕ ਤੱਕ ਕੇ ਪਹਿਲੀ ਵਾਰੀ ਤਾਂ ਮੋਟਰਾਂ ਵਾਲੇ ਇਸ ਤਰ੍ਹਾਂ ਘਬਰਾ ਉੱਠੇ ਨੇ, ਪਾਰ ਕਿਸ ਤਰ੍ਹਾਂ ਲਗਾ ਦਈਏ ਲਾਸ਼ ਨੂੰ, ਹਾਲੀ ਤਾਂ ਇਹਨੇ ਕਈਆਂ ਨੂੰ ਪਾਰ ਲਗਾਉਣਾ ਏ, ਕਮ ਸੇ ਕਮ ਅਗਲੇ ਚੌਂ ਪੰਜਾਂ ਵਰ੍ਹਿਆਂ ਦੀ ਰੋਟੀ ਦਾ ਇੰਤਜ਼ਾਮ ਤਾਂ ਹੋ ਹੀ ਜਾਵੇ, ਵਰਨਾ ਉਹ ਤਾਂ ਸਾਨੂੰ ਹੀ ਆ ਕੇ ਖਤਮ ਕਰ ਦੇਣਗੇ। ਮੋਟਰ, ਹਾਂ ਉਹ ਤਾਂ ਤੁਹਾਨੂੰ ਮੈਂ ਦੱਸਣਾ ਹੀ ਭੁੱਲ ਗਈ ਕਿ ਉਹ ਸਵੇਰ ਨੂੰ ਜਦੋਂ ਲੱਲਾ ਦੀ ਲਾਸ਼ ਝੁੱਗੀ ਵਿੱਚੋਂ ਲਿਆ ਕੇ ਵਾਪਸ ਫੁੱਟਪਾਥ 'ਤੇ ਉਸੇ ਮੋਟਰ ਦੇ ਲਾਗੇ ਰੱਖੀ ਗਈ ਤਾਂ ਸਾਰਿਆਂ ਨੇ ਵੇਖਿਆ ਕਿ ਮੋਟਰ ਦੇ ਚਾਰੇ ਪਹੀਏ ਗਾਇਬ ਸਨ ਅਤੇ ਪਹੀਆਂ ਦੀ ਥਾਂ ਇੱਟਾਂ ਜੋੜ ਕੇ ਰੱਖੀਆਂ ਹੋਈਆਂ ਸਨ। ਲੱਲਾ ਦੇ ਪਿਓ ਨੂੰ ਕਾਫੀ ਅਫਸੋਸ ਹੋਇਆ ਸੀ ਕਿਸੇ ਗੁੰਡੇ ਦੀ ਇਸ ਨਜਾਇਜ਼ ਹਰਕਤ 'ਤੇ। ਆਖਰ ਮੁੰਡਾ ਤਾਂ ਉਹਦਾ ਹੀ ਮੋਇਆ ਸੀ ਨਾ,
ਸੋ ਪਈਆਂ 'ਤੇ ਵੀ ਜੇ ਕਿਸੇ ਦਾ ਪਹਿਲਾ ਹੱਕ ਬਣਦਾ ਸੀ ਉਸੇ ਦਾ ਹੀ ਬਣਦਾ ਸੀ, ਹੈ ਕਿ ਨਹੀਂ? ਚੋਰ ਸਾਲੇ, ਉਹਨੇ ਮਨ ਵਿੱਚ ਹੀ ਪਹੀਏ ਚੁਰਾਉਣ ਵਾਲਿਆਂ ਨੂੰ ਗਾਲ ਕੱਢੀ। ਬੋ ਦੂਰ ਕਰਨ ਲਈ ਝਟਪਟ ਬਰਫ਼ ਦੀਆਂ ਸਿੱਲੀਆਂ ਲਿਆਂਦੀਆਂ ਗਈਆਂ ਅਤੇ ਲੱਲਾ ਨੂੰ ਚੁੱਕ ਕੇ ਉਹਨਾਂ 'ਤੇ ਲਟਾ ਦਿੱਤਾ ਗਿਆ। ਚੁੱਕਣ ਲੱਗਿਆਂ ਲੱਲਾ ਦੇ ਪਿਓ ਨੇ ਵੇਖਿਆ ਕਿ ਲਾਸ਼ ਦੀ ਪਿੱਠ ਵਾਲੇ ਪਾਸੇ ਬਹੁਤ ਸਾਰੀਆਂ ਕੀੜੀਆਂ ਇਕੱਠੀਆਂ ਹੋਈਆਂ ਸਨ। ਮਨ ਵਿੱਚ ਹੀ ਉਹਨੇ ਆਪਣੀ ਬੇਵਕੂਫ਼ ਬੀਵੀ ਨੂੰ ਡਾਂਟਿਆ, ਅੰਨੀ ਹੋ ਕੇ ਬੈਠੀ ਹੋਈ ਹੈ ਕੋਲ ਕੰਬਖਤ, ਅੰਨੀ ਬੇਵਕੂਫ਼ ਜਨਾਨੀ ਇੰਨਾ ਵੀ ਨਹੀਂ ਕਰ ਸਕਦੀ ਕਿ ਕੀੜੀਆਂ ਹੀ ਹਟਾਈ ਜਾਵੇ। ਰਾਤ ਫਿਰ ਪੈ ਗਈ। ਸੜਕਾਂ ਤੋਂ ਟ੍ਰੈਫਿਕ ਪਤਲਾ ਪੈਂਦਾ ਖਤਮ ਹੋ ਗਿਆ। ਕਦੇ ਕਦਾਈਂ ਕੋਈ ਇੱਕੀ ਦੁੱਕੀ ਮੋਟਰ ਜਾਂ ਟਰੱਕ ਜਾਂ ਬੱਸ ਲੰਘਦੀ ਵੀ ਤਾਂ ਇੰਨੀ ਤੇਜ਼ ਰਫ਼ਤਾਰ ਵਿੱਚ ਕਿ ਉਹਨੂੰ ਰੋਕਣ ਦੀ ਕੋਸ਼ਿਸ਼ ਕਰਨੀ ਬੇਵਕੂਫ਼ੀ ਸੀ। ਸੋ ਸਾਰੇ ਥੱਕੇ ਹਾਰੇ ਹੋਏ ਲਾਸ਼ ਦੇ ਕੋਲ ਹੀ ਬਹਿ ਗਏ ਅਤੇ ਮਾਲ ਦੀਆਂ ਵੰਡੀਆਂ ਪਾਉਣ ਲੱਗੇ। ਹੁਣ ਇਸ ਲਾਸ਼ ਦਾ ਕੀ ਕਰੀਏ? ਝੁੱਗੀ ਵਿੱਚ ਚੁੱਕ ਕੇ ਲਿਜਾਣੀ ਤਾਂ ਮੁਮਕਿਨ ਨਹੀਂ ਸੀ, ਕਿਉਂਕਿ ਹੁਣ ਉਸ ਵਿੱਚੋਂ ਰਤਾ ਰਤਾ ਪਾਣੀ ਵੀ ਸਿੰਮ ਰਿਹਾ ਸੀ। ਮੂੰਹ 'ਚੋਂ ਸਿੰਮਦੇ ਪਾਣੀ ਨੂੰ ਤਾਂ ਖੈਰ ਲੱਲਾ ਦੀ ਮਾਂ ਆਪਣੇ ਪੱਲੇ ਨਾਲ ਪੂੰਝਦੀ ਰਹੀ ਸੀ, ਪਰ ਹੁਣ ਉਹਨੂੰ ਚੁੱਕਦਿਆਂ ਸਾਰਿਆਂ ਨੂੰ ਥੋੜ੍ਹੀ ਜਿਹੀ ਦਹਿਸ਼ਤ ਹੋ ਰਹੀ ਸੀ। ਕੀ ਪਤਾ ਹੱਥਾਂ ਵਿੱਚ ਹੀ ਭੁਰਭਰਾ ਜਾਵੇ, ਭੁੰਨੇ ਹੋਏ ਬਤਾਊਂ ਵਾਂਗੂ ਮਲੀਦਾ ਹੋ ਜਾਵੇ। ਸੋ ਸਭ ਨੇ ਇਹ ਫੈਸਲਾ ਕੀਤਾ ਕਿ ਰਾਤੀਂ ਲਾਸ਼ ਵੀ ਉੱਥੇ ਹੀ ਰਹੇ ਅਤੇ ਸਾਰੇ ਹੀ ਉਹ ਲਾਸ਼ ਦੇ ਕੋਲ ਹੀ ਫੁੱਟਪਾਥ 'ਤੇ ਝੱਟ ਘੜੀ ਲੱਕ ਸਿੱਧਾ ਕਰ ਲੈਣ। ਫਿਲਹਾਲ ਦੋ ਮੁੰਡੇ ਭੱਜ ਕੇ ਜਾਣ ਅਤੇ ਕਿਸੇ ਢਾਬੇ ਤੋਂ ਸਭ ਲਈ ਰੋਟੀਆਂ ਲੈ ਆਉਣ। ਰੋਟੀਆਂ ਆ ਗਈਆਂ, ਉੱਥੇ ਹੀ ਫੁੱਟਪਾਥ 'ਤੇ ਬਹਿ ਕੇ ਸਭ ਨੇ ਖਾ ਲਈਆਂ। ਲੱਲਾ ਦੀ ਮਾਂ ਲਾਸ਼ ਕੋਲੋਂ ਪਰਾਂ ਹੋ ਕੇ ਬੈਠ ਗਈ, ਹੱਥ ਧੋਤੇ ਅਤੇ ਰੋਟੀ ਖਾਣ ਲੱਗੀ। ਰਾਤੀਂ ਸੌਣ ਲੱਗਿਆਂ ਸਭ ਦੀ ਇਹੀ ਕੋਸ਼ਿਸ਼ ਸੀ ਕਿ ਲਾਸ਼ ਦੀ ਬੋਹ ਤੋਂ ਪਰਾਂ ਹਟ ਕੇ ਸੌਵੇ, ਪਰ ਇੰਨੀ ਪਰਾਂ ਵੀ ਨਹੀਂ ਕਿ ਲਾਸ਼ ਦੀ ਹਿਫਾਜ਼ਤ ਹੀ ਨਾ ਰਹੇ। ਕੀ ਪਤਾ ਕੋਈ ਮੋਟਰ ਦੇ ਪਹੀਆਂ ਵਾਂਗੂ ਅੱਜ ਦੀ ਰਾਤ ਲੱਲਾ ਦੀ ਲਾਸ਼ ਨੂੰ ਹੀ ਚੁਰਾ ਲਿਜਾਵੇ, ਅਤੇ ਨਾਲੇ ਇਸ ਬਸਤੀ ਵਿੱਚ ਕੁੱਤੇ ਵੀ ਤਾਂ ਕਿੰਨੇ ਸਨ। ਅਗਲੇ ਦੋ ਦਿਨ ਅਤੇ ਦੋ ਰਾਤਾਂ ਇਹੀ ਸਾਰਾ ਕੁਝ ਦੁਹਰਾਇਆ ਜਾਂਦਾ ਰਿਹਾ। ਲੱਲਾ ਦੇ ਮਰਨ ਤੋਂ ਠੀਕ ਪੰਜਵੇਂ ਦਿਨ ਜਦੋਂ ਸਭ ਨੇ ਵੇਖਿਆ ਕਿ ਲਾਸ਼ ਤਾਂ ਹੁਣ ਫਟ ਕੇ ਚੀਥੜਾ ਹੋ ਜਾਵੇਗੀ, ਉਹਨਾਂ ਨੇ ਉਹਨੂੰ ਲਿਜਾ ਕੇ ਜਲਾ ਦਿੱਤਾ। ਕਿਉਂਕਿ ਸ਼ਹਿਰ ਭਰ ਦੀਆਂ ਝੌਂਪੜ ਪੱਟੀ ਬਸਤੀਆਂ ਦੇ ਹਜ਼ਾਰਾਂ ਲੋਕਾਂ ਦਾ ਇਸ ਲੱਲਾ ਨੇ ਉਧਾਰ ਕੀਤਾ ਸੀ, ਇਸ ਲਈ ਉਹਦੇ ਮਾਤਮੀ ਜਲਸੇ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ। ਹਾਰਾਂ ਅਤੇ ਫੁੱਲਾਂ ਨਾਲ ਸਜੀ ਹੋਈ ਲਾਸ਼ ਨੂੰ ਜਦੋਂ ਚਿਤਾ 'ਤੇ ਲਟਾਇਆ ਗਿਆ, ਕਈਆਂ ਦੀਆਂ ਅੱਖਾਂ ਸੇਜਲ ਸਨ, ਕਿਉਂਕਿ ਉਹਨਾਂ ਲਈ ਇੰਨੀ ਕਮਾਈ ਕਰਕੇ ਦੇ ਜਾਣ ਵਾਲਾ ਬੱਸ ਜਾ ਰਿਹਾ ਸੀ। ਅਤੇ ਅਗਲੇ ਦਿਨ ਸ਼ਹਿਰ ਦੀਆਂ ਝੌਂਪੜ ਪੱਟੀ ਬਸਤੀਆਂ ਦੇ ਸਾਰੇ ਲੋਕ ਚੁੱਪ ਚਾਪ ਆਪੋ ਆਪਣੀਆਂ ਬਸਤੀਆਂ ਵਿੱਚੋਂ ਇਹੋ ਜਿਹੇ ਬੱਚੇ ਤਾੜ ਰਹੇ ਸਨ ਜਿਹੜੇ ਮਾਂ ਪਿਓ ਲਈ ਬਿਲਕੁਲ ਬੇਕਾਰ ਹੋਣ, ਜਾਨ ਦਾ ਅਜ਼ਾਬ ਹੋਣ, ਲੰਗੜੇ ਲੂਲੇ ਅੰਨੇ ਗੂੰਗੇ ਬੋਲੇ ਹੋਣ, ਜਿਨ੍ਹਾਂ ਨੂੰ ਮੁਫ਼ਤ ਬਿਠਾ ਕੇ ਰੋਟੀ ਖਵਾਉਣ ਲੱਗਿਆਂ ਦੋਵੇਂ ਵੇਲੇ ਉਹਨਾਂ ਦੇ ਮਾਪਿਆਂ ਦੇ ਦਿਲ ਵਿੱਚੋਂ ਉਹਨਾਂ ਦੀ ਮੌਤ ਦੀ ਦੁਆ ਨਿਕਲਦੀ ਹੋਵੇ। ਕੀ ਪਤਾ ਇਹੋ ਜਿਹਾ ਕੋਈ ਬੱਚਾ ਕਦੇ ਫੇਰ ਕਿਸੇ ਮੋਟਰ ਨਾਲ ਟਕਰਾ ਜਾਵੇ ਅਤੇ ਉਹਨਾਂ ਦੀ ਮੌਜ ਬਣ ਜਾਵੇ। ਸਭ ਚੁੱਪ ਚਾਪ ਖਾਮੋਸ਼ੀ ਨਾਲ ਅਗਲੇ ਐਕਸੀਡੈਂਟ ਦਾ ਇੰਤਜ਼ਾਰ ਕਰਨ ਲੱਗੇ। ਦੋਸਤੋ, ਇਹ ਸੀ ਕਹਾਣੀ ਇੰਤਜ਼ਾਰ।